70 ਪਾਵਰ ਦਾ ਟਰੈਕਟਰ ਆ, ਕੰਪਨੀ ਦੀ ਰਿਕਮੈਂਡੇਸ਼ਨ ਕੀ ਆ, 7.6 ਇੰਚ ਦਾ ਰੋਟਾਵੇਟਰ। ਹਲ ਕਿੰਨੇ ਨੇ? 17 ਤੋਂ 19। ਰੋਟਾਵੇਟਰ ਕੰਪਨੀ ਕਹਿੰਦੀ ਆ ਕਿ 7 ਫੁੱਟ 6 ਇੰਚ ਦਾ ਕੁੱਲ ਰੋਟਾਵੇਟਰ, 2500 ਰੇਟਡ ਦਾ ਇੰਜਣ, 2500 ਰੇਟਡ RPM ਦਾ ਇੰਜਣ। ਪਹਿਲਾ ਇੰਜਣ ਆ ਅਵੀਕੋ ਇੰਜਣ ਆ ਇਹ ਫੀਐਟ ਦਾ। 25 ਕੁਇੰਟਲ ਦਾ ਇਹ ਟਰੈਕਟਰ ਆ, 70 ਹਾਰਸ ਪਾਵਰ ਆ ਤੇ 4 ਸਿਲੰਡਰ ਆ। ਇਹ ਹੈਗਾ ਮੇਡ ਇਨ ਨੀਦਰਲੈਂਡ। ਇਹਦੀਆਂ ਖੂਬੀਆਂ ਕੀ ਨੇ? ਏਦਾਂ ਦੀ ਵੀਡੀਓ ਕਦੇ ਕਿਸੇ ਨੇ ਪਾਈ ਨਹੀਂ। ਅੱਜ ਵੀ ਨਵੇਂ ਟਰੈਕਟਰ ਵਰਗੀ ਚਲਾਈ ਆ, ਕੋਈ ਇੰਡਕਸ਼ਨ ਦੀ ਆਵਾਜ਼। ਇਹਦਾ ਪਿਕਅਪ ਡਿਫਰੈਂਟ ਲੱਗੂਗਾ ਤੁਹਾਨੂੰ, ਪਿਕਅਪ ਦੇਖੋ ਕਿੰਨਾ ਇੰਜਣ ਦਾ। ਇਹ ਬਹੁਤ ਬਿਊਟੀਫੁਲ ਇੰਜਣ ਆ 4 ਸਿਲੰਡਰ ਦੇ ਵਿੱਚ। ਮੈਂ ਸਭ ਤੋਂ ਟੌਪ ਦਾ ਇੰਜਣ ਇਹਨੂੰ ਦੇਖੋ, ਵੀਰੇ ਇੱਕ ਖੜਮੇ ਮੋਬਾਈਲ ਨਾ ਕਰੀ। ਸਤਿ ਸ਼੍ਰੀ ਅਕਾਲ ਆ ਸਾਰਿਆਂ ਨੂੰ। ਇਹ ਹੈਗਾ ਹੋਲੈਂਡ 5630 ਮਾਡਲ 2004 ਆ। ਇਹ ਵੀ ਮੇਡ ਇਨ ਨੀਦਰਲੈਂਡ ਟਰੈਕਟਰ ਆ। ਆ ਬਾਈ ਜੀ ਮਾੜੀ ਜਿਹੀ ਨਿਸ਼ਾਨੀਆਂ ਦਿਖਾ ਦਿਓ ਵੀਰੇ ਦੀ। ਆ ਵੀ ਇਹਦੇ ਉਹੀ ਟਿਕੜੀ ਲੱਗੀ ਹੋਈ ਆ ਪਲੇਟ। ਆ ਪਾਈਪ ਬਿਲਕੁਲ ਸਟ੍ਰੇਟ ਆ। ਪਲੱਸ ਇਹ ਫੀਐਟ ਦਾ ਇੰਜਣ ਆ, 8000 ਸੀਰੀਜ਼ ਦਾ ਇੰਜਣ ਆ। 8045.06 ਇਹਦਾ ਮਾਡਲ ਨੰਬਰ ਆ। HP ਆ ਇਹ 70। 3613 ਕਿਊਬਿਕ ਕੈਪੈਸਿਟੀ ਦਾ ਇਹ ਇੰਜਣ ਆ। ਇਹਦੀਆਂ ਬਹੁਤ ਸਾਰੀਆਂ ਡਿਟੇਲਸ ਇਹਦੇ ਮੈਂ ਲਿਖੀਆਂ ਹੋਈਆਂ ਨੇ, ਉਹ ਮੈਂ ਤੁਹਾਨੂੰ ਪਹਿਲਾਂ ਸਾਰੀਆਂ ਸਾਂਝੀਆਂ ਕਰਦਾ। 100 115 ਦਾ ਬੋ ਸਟ੍ਰੋਕ ਆ ਇਹ, ਜਿਹੜਾ 3630 ਮੰਨ ਲਓ ਮੇਡ ਇਨ ਨੀਦਰਲੈਂਡ ਆਉਂਦਾ, ਉਹ ਵੀ 100 ਉਹਦਾ ਬੋਰ ਆ। ਸਟ੍ਰੋਕ ਹੈਗੀ 115, ਉਹ 2700 CC ਬਣਦਾ। ਇਹਦੇ ਵਿੱਚ ਸਿਰਫ ਇੱਕ ਸਿਲੰਡਰ ਐਡ ਕਰਤਾ, ਬੋਰ ਸੇਮ ਆ। ਉਦੋਂ ਬਾਅਦ ਸਾਰਿਆਂ ਨੂੰ ਵੱਡੀ ਖੂਬੀ, ਇਹ ਵਿਦ ਬਲੈਂਸਰ ਸ਼ਾਫਟ ਆਇਆ ਉਹਨਾਂ ਟਾਈਮਾਂ ਦੇ ਵਿੱਚ। ਬਾਕੀ ਗੱਲਾਂ ਤਾਂ ਇਹਦੀਆਂ ਆਪਾਂ ਬਾਅਦ 'ਚ ਕਰੀ ਜਾਣੀਆਂ ਨੇ ਵੀ ਕੀ ਆ। ਪਹਿਲਾਂ ਇੱਕ ਵਾਰੀ ਇਹਦੇ ਰੰਗ ਦੀ ਕੁਆਲਿਟੀ ਦੇਖ ਲਓ ਵੀ 24 ਸਾਲ ਹੋ ਗਏ ਇਹਨੂੰ ਟਰੈਕਟਰ ਨੂੰ। ਵੀਰੇ ਇੱਥੋਂ ਮਾੜਾ ਜਿਹਾ ਰੰਗ ਦਿਖਾ ਦਿਓ ਜੀ, ਆਹ ਚੀਜ਼ ਰੰਗ ਦੀ ਕੁਆਲਿਟੀ ਦੇਖੋ। 24 ਸਾਲਾਂ 'ਚ ਬੰਦਿਆਂ ਨੇ ਸਾਂਭਿਆ ਵਾ ਕਿੰਨਾ। ਔਰ ਪਿੱਛੋਂ ਤੁਹਾਨੂੰ ਜਿਹੜਾ ਤੁਸੀਂ ਐਕਸਟਰਨਲ ਹੈਬਰਡ ਐਕਸ਼ਨ ਕਹੀ ਜਾਂਦੇ ਹੋ, ਆਹ ਦੇਖੋ ਜੀ ਰੰਗ ਦੀ ਕੁਆਲਿਟੀ। ਡੈਕਸਨਾ ਤੋਂ ਵੀ ਰੰਗ ਨਹੀਂ ਲਿਆ, ਇਹ ਕੁਆਲਿਟੀ ਦਾ ਫਰਕ ਹੁੰਦਾ। ਡਬਲ ਐਕਟਿੰਗ ਡਿਸਟ੍ਰੀਬਿਊਟਰ ਹੈ ਸਾਰਾ ਇਹ, ਉਸ ਟਾਈਮ ਦਾ ਇੱਕ ਫੁੱਲੀ ਲੋਡਡ ਮਤਲਬ ਕਿ ਟਰੈਕਟਰ ਆ, ਜਿਹਦੇ 'ਚ ਕੋਈ ਕਿਸੇ ਕਿਸਮ ਦੀ ਅੱਜ ਤੱਕ ਘਾਟ ਹੀ ਨਹੀਂ ਹੈਗੀ। ਇਹਦੀਆਂ ਇੰਜਣ ਦੀਆਂ ਤੋਂ ਜੇ ਬਾਅਦ ਆਪਾਂ ਗੱਲਾਂ ਕਰੀਏ ਥੋੜ੍ਹੀਆਂ ਜਿਹੀਆਂ, ਮੈਂ ਇਹਦੇ ਨਾਲ ਤੁਹਾਡੀ ਡਿਟੇਲ 'ਚ ਥੋੜ੍ਹੀਆਂ ਜਿਹੀਆਂ ਗੱਲਾਂ ਕਰਨਾ ਚਾਹੁੰਦਾ। ਜਿਹੜਾ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਯੂਜ਼ਰ ਮੈਨੂਅਲ ਮੇਰਾ ਵੀਰ ਬਣ ਕੇ ਪੜਿਆ ਕਰੋ, ਕਿਉਂ ਪੜ੍ਹਨਾ ਚਾਹੀਦਾ। 70 ਹਾਰਸ ਪਾਵਰ ਆ ਜੀ ਇਹ, 4 ਸਿਲੰਡਰ ਟਰੈਕਟਰ ਆ। ਬੋਰ 100 115, ਕਿਊਬਿਕ ਕੈਪੈਸਿਟੀ 3613। ਕੰਪਰੈਸ਼ਨ ਰੇਸ਼ੋ ਹੈਗੀ ਹੈ ਇਹਦੀ, ਦੇਖੋ ਕਿੰਨੀ ਡਿਟੇਲਡ ਕੰਪਨੀ ਦੱਸਦੀ ਆ, 17.1। ਫਾਇਰਿੰਗ ਆਰਡਰ 1342। ਆਈਡਲ ਸਪੀਡ ਹੈਗੀ ਆ ਜੀ ਇਹਦੀ 25675। ਇਹਦੇ 'ਤੇ ਵੀਰੇ ਕੈਮਰਾ ਮਾਰ ਦਿਓ ਜੀ, ਆਹ ਦੇਖ ਸਕਦੇ ਹੋ ਮੈਕਸੀਮਮ ਨੋ ਲੋਡ ਸਪੀਡ। ਤੁਸੀਂ ਦੇਖੋ ਵੀ ਹੁਣ ਇਹਦਾ ਮਤਲਬ ਕੀ ਹੁੰਦਾ, ਵੀ ਤੁਸੀਂ ਇਹਨੂੰ ਖਾਲੀ ਸਪੀਡ 'ਤੇ ਕਿੰਨਾ ਭਜਾ ਸਕਦੇ ਹੋ। 2790 RPM ਰੇਟਡ RPM 2500। ਅੱਗੇ ਆ ਗਿਆ ਜੀ ਇਨਟੇਕ, ਇਨਟੇਕ ਵੀ ਦੱਸਿਆ ਵਾ
ਵੀ ਇਹਦੀ ਕਿੰਨੀ ਇਨਟੇਕ ਆ, ਉਹ ਤੋਂ ਬਾਅਦ ਬਾਲ ਦੀ ਡਿਟੇਲ ਤੋਂ ਲੈ ਕੇ ਵੀ ਬਾਲ ਇਹਦਾ ਕਿੰਨੇ ਤੇ ਖੋਲਣਾ, ਮਤਲਬ ਕੱਲੀ ਕੱਲੀ ਇਹਦੀ ਜਿਹੜੀ ਡਿਟੇਲ ਆ, ਜੇ ਤੁਸੀਂ ਐਜ਼ ਪਰ ਕੰਪਨੀ ਚਲਾਓ ਟਰੈਕਟਰ ਨੂੰ, ਮੇਰਾ ਖਿਆਲ ਹੈ 50 ਸਾਲ ਨਹੀਂ ਜਾਂਦਾ। ਇਹ ਬਾਈ ਨੇ ਗੁਰਦੀਪ ਮਾਨ ਦਾ ਟਰੈਕਟਰ ਆ, ਉਹਨਾਂ ਨੇ ਬਹੁਤ ਸੰਭਾਲਿਆ ਹੋਇਆ ਟਰੈਕਟਰ ਆ, 24 ਸਾਲ ਹੋ ਗਏ ਇਹਨੂੰ, 30-40 ਸਾਲ ਦੀ ਮੈਂ ਗਰੰਟੀ ਦੇ ਦਿੰਦਾ ਵੀ ਇਹਨੂੰ ਕੁਛ ਨਹੀਂ ਹੁੰਦਾ। ਤੀਜਾ ਜੋੜਾ ਇਹਦੇ ਟਾਇਰਾਂ ਦਾ। ਹੁਣ ਇਹਦੇ ਫੋਲੋ ਕਰਨ ਦੀਆਂ ਕੀ ਚੀਜ਼ਾਂ ਨੇ ਇਹਦਾ, ਹੁਣ ਆਪਾਂ ਕਹਿ ਦਿੰਦੇ ਹਾਂ ਵੀ ਫਲਾਣਾ ਟਰੈਕਟਰ ਇੰਨਾ ਤਕੜਾ, ਧਿਮਕਾ ਇੰਨਾ ਤਕੜਾ, ਤਕੜਾ ਤੁਕੜਾ ਕੋਈ ਟਰੈਕਟਰ ਨਹੀਂ ਹੁੰਦਾ, ਹਰੇਕ ਟਰੈਕਟਰ 'ਚ ਆਪੋ ਆਪਣਾ ਗੁਣ ਹੁੰਦਾ। ਇਹਦਾ ਕੀ ਗੁਣ ਹੈ? ਇਹ ਹੱਬ ਡਕਸ਼ਨ ਵਾਲਾ ਟਰੈਕਟਰ ਆ, ਕੰਪਨੀ ਕੀ ਕਹਿੰਦੀ ਆ, ਕਦੇ ਵੀ 70 ਪਾਵਰ ਦੇ ਟਰੈਕਟਰ ਦੇ ਕੰਪਨੀ 24 ਦੀਆਂ ਤਵੀਆਂ ਨਹੀਂ ਕਹਿੰਦੀ, ਪਰ ਇਹਨੂੰ ਕਹਿੰਦੀ ਆ। ਕਿਉਂ ਕਹਿੰਦੀ ਆ? ਕਿਉਂਕਿ ਇਹਦਾ ਡਿਜ਼ਾਈਨ ਇੱਦਾਂ ਦਾ, 24 ਦੀਆਂ ਤਵੀਆਂ, 17-19 ਦੇ ਹਲ, ਪਰ ਇਹਦੀ ਜਿਹੜੀ PTO ਪਾਵਰ ਆ ਉਹ ਘੱਟ ਆ, ਕਿਉਂਕਿ ਹਰ ਟਰੈਕਟਰ 'ਚ ਆਪੋ ਆਪਣਾ ਗੁਣ ਹੁੰਦਾ। PTO ਤੇ ਇਹਨੂੰ ਕੰਪਨੀ ਕਹਿੰਦੀ ਆ ਵੀ 7.6 ਇੰਚ ਤੋਂ ਵੱਡਾ ਇਹਦੇ ਰੋਟਾਵੇਟਰ ਨਾ ਪਾਓ ਜੇ ਤੁਸੀਂ ਇਹਦਾ ਯੂਜ਼ਰ ਮੈਨੂਅਲ ਪੜ੍ਹਦੇ ਹੋ। ਯੂਜ਼ਰ ਮੈਨੂਅਲ ਤੇ ਤਕਰੀਬਨ ਤੋਂ ਤਕਰੀਬਨ ਇਹ ਯੂਜ਼ਰ ਮੈਨੂਅਲ ਦੇ ਅਕੋਰਡਿੰਗ ਟਰੈਕਟਰ ਚੱਲਿਆ ਹੋਇਆ, ਇਸ ਕਰਕੇ ਇਹਦੀ ਇੰਨੀ ਲਾਈਫ ਆ। ਆ ਢੱਕਣ ਤੋਂ ਲੈ ਕੇ ਟੈਂਕ ਤੋਂ ਲੈ ਕੇ ਇਹਦੀ ਹਰ ਚੀਜ਼ ਅੱਜ ਤੱਕ ਓਰਿਜਿਨਲ ਆ। ਆ ਜਿਹੜੇ ਵੇਟ ਐਡ ਕੀਤੇ ਗਏ ਨੇ, ਇਹ ਵੇਟ ਵੀ ਉਦਾਂ ਹੀ ਐਡ ਕੀਤੇ ਗਏ ਨੇ ਪਹਿਲਾਂ ਤੋਂ ਹੀ ਕੰਪਨੀ ਦੇ। ਦੂਜੀ ਗੱਲ ਇਹਦੀ ਸਭ ਤੋਂ ਬੜੀ ਦੱਸਦਾ, 18-4-30 ਦੇ ਇਹਦੇ ਟਾਇਰ ਨੇ। ਕੰਪਨੀ ਇਹ ਕੀ ਕਹਿੰਦੀ ਆ, 25 ਕੁਇੰਟਲ ਦਾ ਟਰੈਕਟਰ ਆ, ਤੁਸੀਂ ਇਹਦੇ 'ਚ 2.5-2.5 ਕੁਇੰਟਲ ਪਾਣੀ ਪਾ ਸਕਦੇ ਹੋ। ਯੂਜ਼ਰ ਮੈਨੂਅਲ 'ਤੇ ਮੈਂ ਤੁਹਾਨੂੰ ਦਿਖਾ ਦੂੰਗਾ, 2515 kg ਦਾ ਟਰੈਕਟਰ ਆ, ਜੇ ਤੁਸੀਂ ਵਿਦ ਬਲਾਸਟ ਇਹਨੂੰ ਕਾਊਂਟ ਕਰਦੇ ਹੋ ਤਾਂ 3010 ਕਿਲੋ ਦਾ, 2.5 ਕੁਇੰਟਲ ਪਾਣੀ ਇੱਧਰ, 2.5 ਕੁਇੰਟਲ ਪਾਣੀ ਇੱਧਰ। ਮੈਂ ਕਦੇ ਅੱਜ ਤੱਕ ਕੋਈ ਕੰਪਨੀ 2.5-2.5 ਕੁਇੰਟਲ ਦੀ ਰਿਕਮੈਂਡੇਸ਼ਨ ਨਹੀਂ ਦੱਸਦੀ ਦੇਖੀ, ਕਿਉਂਕਿ ਕੰਪਨੀ ਨੇ ਹਰ ਪੈਰਾਮੀਟਰ ਤੋਂ ਟਰੈਕਟਰ ਟੈਸਟ ਕਰਨਾ ਹੁੰਦਾ। ਹੁਣ ਆ ਜਾਓ ਮਾੜਾ ਤੁਹਾਨੂੰ ਇਹਦੇ ਇੰਜਣ ਦੇ ਦਰਸ਼ਨ ਕਰਾਉਂਦੇ ਹਾਂ। ਇਹਦੇ ਫੀਐਟ ਦੀਆਂ ਸਟੈਂਪਾਂ ਲੱਗੀਆਂ ਹੋਈਆਂ ਨੇ ਕੱਲੇ ਕੱਲੇ ਤੋਂ। ਇਹ ਫੀਐਟ ਐਵਿਕੋ ਇੰਜਣ 8000 ਸੀਰੀਜ਼ ਵਿਦ ਬਲੈਂਸਰ ਸ਼ਾਫਟ, ਇੰਨਾ ਕਿ ਸਮੂਥ ਟਰੈਕਟਰ ਆ। ਬਸ ਇਹਦਾ ਕੀ ਆ, ਦੋ ਡਰਾਬੈਕ ਨੇ ਇਹ 'ਚ ਮੇਨ, ਇੱਕ ਤਾਂ ਇਹ 2500 ਰੇਟਡ ਆ, ਇੱਕ ਇਹਦੀ PTO ਪਾਵਰ ਪਾਵਰ ਦੇ ਅਕੋਰਡਿੰਗ ਘੱਟ ਆ, ਪਰ ਇਹਦੀ ਜਿਹੜੀ ਟੋਇੰਗ ਕੈਪੈਸਿਟੀ ਆ ਉਸ ਟਾਈਮ ਦੇ ਜਿੰਨੇ 70 ਪਾਵਰ ਦੇ ਟਰੈਕਟਰ ਆਉਂਦੇ ਹੁੰਦੇ ਸੀ ਉਹਨਾਂ ਸਾਰਿਆਂ ਨਾਲੋਂ ਜ਼ਿਆਦਾ, ਕਿਸੇ ਕੋਈ ਵੀ ਟਰੈਕਟਰ 70 ਪਾਵਰ 'ਚ ਇਹਦੇ ਜਿੰਨੀ ਟੋ ਨਹੀਂ ਕਰਦਾ ਜਿੰਨੀ ਇਹ ਪਾਵਰ ਲਾਉਂਦਾ। ਉਹਦਾ ਚੱਕਰ ਕੀ ਆ, ਡਿਜ਼ਾਈਨ। ਇਸ ਕਰਕੇ ਮੈਂ ਬੇਨਤੀ ਕਰਦਾ ਉਹਨਾਂ ਵੀ ਕਿਸੇ ਨਾਲ ਬਹਿਸ ਨਾ ਕਰਿਆ ਕਰੋ, ਹਰ ਚੀਜ਼ 'ਚ ਆਪੋ ਆਪਣੇ ਗੁਣ ਆ ਜਾਂਦੇ ਨੇ। ਇਹ ਕੁੱਲ ਲੋਹਾ ਹੀ ਟਰੈਕਟਰ ਆ, IPTO ਦੀ ਇਹ 'ਚ ਸਹੂਲਤ ਤੁਹਾਨੂੰ ਮਿਲੂਗੀ। 1957 ਰੇਟਡ ਇਹਦੀ PTO, ਜਿਹੜੇ 540 ਪੂਰੇ ਕਰਦਾ ਐਟ ਦੀ ਰੇਟ 1957 RPM। ਸਪੀਡ ਇਹਦੀ ਪਹਿਲੇ ਲੋ 'ਚ ਮਿਨੀਮਮ ਸਪੀਡ ਇਹ ਨੋਨ ਕਰੀਪਰ ਆ, 2 ਕਿਲੋਮੀਟਰ ਦੀ ਸਪੀਡ ਆ, ਉਸ ਟਾਈਮ 'ਚ ਕਰੀਪਰ ਕੋਈ ਟਰੈਕਟਰ ਆਉਂਦਾ ਨਹੀਂ ਸੀ ਹੁੰਦਾ। ਹੁਣ ਇਹਦੀਆਂ ਆਪਾਂ ਕਰ ਲੈਂਦੇ ਹਾਂ ਇੱਧਰਲੇ ਪਾਸੇ। ਹੋਰ ਮੈਂ ਤੁਹਾਨੂੰ ਇੰਪੋਰਟੈਂਟ ਗੱਲ, ਇਹ ਟਰੈਕਟਰ ਦਾ ਜਿਹੜਾ ਵੀਡੀਓ ਪਾਉਣ ਦਾ ਮੰਤਵ ਆ, ਇਹਨੂੰ ਦਿਖਾਉਣਾ ਤਾਂ ਹੈਗਾ ਹੀ ਆ, ਪਰ ਉਹਦਾ ਮੇਨ ਸਾਡਾ ਮੋਟੋ ਇਹ 'ਚ ਕੀ ਆ ਕਿ ਤੁਸੀਂ ਐਜ਼ ਪਰ ਯੂਜ਼ਰ ਮੈਨੂਅਲ ਪ੍ਰੋਫੈਸ਼ਨਲ ਤਰੀਕੇ ਨਾਲ ਟਰੈਕਟਰ ਚਲਾਓ। ਜੇ ਤੁਸੀਂ ਉਸ ਤਰੀਕੇ ਨਾਲ ਟਰੈਕਟਰ ਚਲਾਓਗੇ ਤੁਹਾਡੀ ਮਸ਼ੀਨਰੀ ਕਦੇ ਨਹੀਂ ਜਾਊਗੀ। ਕੰਪਨੀ ਕੀ ਕਹਿੰਦੀ ਆ, ਮੈਕਸ ਲੋਡ ਜਿਹੜੀ ਇਹਦੀ ਕੈਪੈਸਿਟੀ ਆ ਵਿਦ ਇੰਪਲੀਮੈਂਟ, ਟਰਾਲੀ ਨੂੰ ਛੱਡ ਕੇ, ਜਿੱਦਾਂ ਤੁਸੀਂ ਇਹਦੇ ਮਗਰ ਰੋਟਾਵੇਟਰ ਪਾ ਲਿਆ, ਹਲ ਪਾ ਲਏ, ਹੈਰੋ ਪਾ ਲਈ, ਟੋਟਲ ਵੇਟ 45 ਕੁਇੰਟਲ ਤੋਂ ਉੱਪਰ ਨਹੀਂ ਹੋਣਾ ਚਾਹੀਦਾ। ਮੈਕਸ ਲੋਡ ਦੀ ਜਿਹੜੀ ਇਹਦੀ ਕੈਪੈਸਿਟੀ ਆ 4500 kg ਆ। ਉਹ ਤੋਂ ਅੱਗੇ ਆ ਜਾਓ, ਦੇਖੋ ਕੰਪਨੀ ਕਿੰਨੇ ਪੈਰਾਮੀਟਰਸ 'ਤੇ ਕੰਮ ਕਰਦੀ ਆ। ਜਿਹੜਾ ਇਹਦਾ ਬਾਲ ਆ ਉਹ ਵੀ ਲਿਖਿਆ ਹੋਇਆ ਕਿ 79 ਡਿਗਰੀ 'ਤੇ ਇਹਦਾ ਬਾਲ ਓਪਨ ਹੋਣਾ, 2 ਡਿਗਰੀ ਉੱਪਰ ਥੱਲੇ ਹੋ ਸਕਦਾ, ਥਰਮੋਸਟੇਟ ਬਾਲ ਦੀ ਗੱਲ ਕਰਦਾ, ਫੁੱਲ ਬਾਲ 94 'ਤੇ ਖੋਲਣਾ। ਕਦੇ ਤੁਸੀਂ ਇਹ ਚੀਜ਼ਾਂ ਪੜ੍ਹਦੀਆਂ ਚਾਹੀਆਂ
ਇਸ ਕਰਕੇ ਆਪਣੇ ਟਰੈਕਟਰਾਂ ਦੀ ਲਾਈਫ ਘਟਦੀ ਆ, ਇਸ ਕਰਕੇ ਆਪਣੇ ਟਰੈਕਟਰ ਚੱਲਦੇ ਨਹੀਂ, ਫਿਰ ਆਪਾਂ ਮਿਸਤਰੀਆਂ ਦੇ ਫਿਰਦੇ ਰਹਿੰਦੇ ਹਾਂ। ਮੇਰਾ ਖਿਆਲ ਹੈ 24 ਸਾਲਾਂ 'ਚ ਇਹਦੀ ਸਕੈਜੂਅਲ ਮੇਨਟੇਨੈਂਸ ਹੋਈ ਹੈ, ਕਦੇ ਮਿਸਤਰੀ ਦੇ ਨਹੀਂ ਗਿਆ। ਈਵਨ ਕਿ ਕੰਪਨੀ ਨੇ ਇਕੱਲੇ ਇਕੱਲੇ ਪੰਪ ਦਾ ਵੀ ਦੱਸਿਆ ਹੋਇਆ, ਇੰਨਾ ਡਿਟੇਲਡ ਮੈਂ ਯੂਜ਼ਰ ਮੈਨੂਅਲ ਪਹਿਲੀ ਵਾਰ ਦੇਖਿਆ। ਹੋਰ ਤੁਹਾਨੂੰ ਸਭ ਤੋਂ ਬੜੀ ਗੱਲ ਦੱਸਦਾ, ਆ ਜਾਓ ਦੇਵ ਤਿਓ ਮਾੜਾ ਜਿਹਾ ਮਾਰ। ਹੁਣ ਦੇਖੋ ਟਰੈਕਟਰਾਂ ਦੇ ਵਿੱਚ ਕਿੰਨਾ ਕਿੰਨਾ ਤੇਲ ਆਉਂਦਾ ਟਰਾਂਸਮਿਸ਼ਨਾਂ ਦੇ ਵਿੱਚ। ਇਹਦੇ ਟਰਾਂਸਮਿਸ਼ਨ ਦੇ ਵਿੱਚ ਕੁੱਲ 32 ਲੀਟਰ ਤੇਲ ਆ ਟਾਂਚੇ 'ਚ। ਡਬਲ ਐਕਟਿੰਗ ਮਤਲਬ ਕਿ ਡਿਸਟ੍ਰੀਬਿਊਟਰ ਐਗਜ਼ੌਲਰੀ ਬਾਲ ਲੱਗਿਆ ਵਾ, ਕੋਈ ਵੀ ਇਹਦੇ 'ਤੇ ਇੰਪਲੀਮੈਂਟ ਪਾਈ ਜਾਓ, ਕਦੇ ਵੀ ਇਹ ਗਰਮ ਨਹੀਂ ਹੁੰਦਾ। ਦੇਖੋ 32 ਲੀਟਰ ਤੇਲ ਨਾਲ ਸਰਵਾਈਵ ਕਰਨਾ ਕਿੱਡੀ ਬੜੀ ਗੱਲ ਆ। ਇਹ ਕੀ ਆ, ਇਹ ਕੁਆਲਿਟੀ ਆ ਭਾਈ। ਅੱਜ ਦੇ ਟਰੈਕਟਰਾਂ 'ਚ ਤੁਸੀਂ ਕਿਸੇ ਵੀ ਲੋਕਲ ਟਰੈਕਟਰ 'ਚ 32 ਕੁਇੰਟਲ ਤੇਲ ਹੋਵੇ, ਤੇਲ ਕਿਲੋ ਲੀਟਰ ਸੋਰੀ ਤੇਲ ਹੋਵੇ, ਕੱਢ ਕੇ ਸਾਰਾ ਫੂਕ ਕੇ ਬਾਹਰ ਮਾਰੂਗਾ। ਉਹਦਾ ਰੀਜ਼ਨ ਕੀ ਆ, ਡਿਜ਼ਾਈਨ ਐਕਸਟਰਨਲ ਹੱਬ ਅਡਕਸ਼ਨ ਆ, ਇਹਦਾ ਜਿਹੜਾ ਅੰਦਰੋਂ ਗੇਅਰ ਆ ਉਹ ਘੁੰਮਦਾ ਹੀ ਇੰਨਾ ਸਲੋ ਆ, ਉਹ ਗਰਮ ਹੀ ਨਹੀਂ ਹੁੰਦਾ, ਕੋਈ ਇਹਦੇ ਕੂਲਰ ਨਹੀਂ ਲੱਗਿਆ ਵਾ। ਕੁੱਲ 32 ਲੀਟਰ ਤੇਲ ਡੈਕਸ਼ਨਾਂ ਦੇ, ਇਹਦੇ 8 ਲੀਟਰ ਤੇਲ ਪੈਂਦਾ ਹੈ ਨਾ ਜੀ, 4 ਇੱਧਰ 4 ਇੱਧਰ। ਇੰਜਣ ਦੇ ਵਿੱਚ ਇਹਦੇ 11.7 ਲੀਟਰ ਤੇਲ ਪੈਂਦਾ, ਇੰਜਣ 'ਚ 11.7 ਲੀਟਰ ਆ। ਇਹਦੇ ਰੇਡੀਏਟਰ 'ਚ 14 ਲੀਟਰ ਪਾਣੀ ਪੈਂਦਾ, ਮਤਲਬ ਇੱਕ ਯੂਨੀਕ ਚੀਜ਼। ਸਭ ਤੋਂ ਮੈਂ ਹੈਰਾਨ ਇਸ ਕਰਕੇ ਮੰਨ ਗਿਆ, ਲਿਫਟ ਕੈਪੈਸਿਟੀ ਇਹਦੀ 16.5 ਕੁਇੰਟਲ ਦੀ ਆ, ਵੀ ਯਾਰ 32 ਲੀਟਰ ਤੇਲ ਨਾਲ ਟਰੈਕਟਰ ਸਰਵਾਈਵ ਕਿਵੇਂ ਕਰਦਾ। ਇਹ ਕੁਆਲਿਟੀ ਹੁੰਦੀ ਆ, ਡਿਜ਼ਾਈਨ ਹੁੰਦਾ, ਕਿਉਂਕਿ ਹਾਲੈਂਡ ਦਾ ਜਿਹੜਾ ਗੇਅਰ ਆ ਉਹ ਮੈਂ ਕਦੇ ਖੁੱਲਿਆ ਨਹੀਂ ਦੇਖਿਆ। ਇਹ ਇੰਨਾ ਅੰਦਰੋਂ ਸਲੋ ਘੁੰਮਦਾ, ਗਰਮੀ ਨਹੀਂ ਹੁੰਦਾ। ਇਸ ਕਰਕੇ ਮੈਂ ਬੇਨਤੀ ਕਰਦਾ ਹੁੰਦਾ ਵੀ ਕਦੇ ਕਿਸੇ ਨਾਲ ਤੁਸੀਂ ਐਰਗਿਊ ਨਾ ਕ੍ਰੀਏਟ ਕਰਿਆ ਕਰੋ। ਦੂਜੀ ਗੱਲ, ਤੁਸੀਂ ਆਪਣੀ ਮਸ਼ੀਨਰੀ ਨੂੰ ਹਮੇਸ਼ਾ ਕੋਸ਼ਿਸ਼ ਕਰੋ ਆ ਯੂਜ਼ਰ ਮੈਨੂਅਲ ਇਹਦਾ, ਇਹਦੇ 'ਚ ਇਹਦੀ ਇਕੱਲੀ ਇਕੱਲੀ ਡਿਟੇਲ, ਇਹਦੇ 'ਤੇ ਐਂ ਵੀ ਦੱਸਿਆ ਹੋਇਆ ਵੀ ਫਰੰਟ ਐਕਸਲ 'ਤੇ ਤੁਸੀਂ ਕਿੰਨਾ ਵੇਟ ਪਾ ਸਕਦੇ ਹੋ, ਅੱਗੇ ਕੋਈ ਚੀਜ਼ ਹੈਂਗ ਕਰਨੀ ਆ ਕਿੰਨਾ ਪਾਉਣਾ, ਪਿੱਛੇ ਕੋਈ ਚੀਜ਼ ਹੈਂਗ ਕਰਨੀ ਆ ਤੁਸੀਂ ਕਿੰਨਾ ਵੇਟ ਪਾ ਸਕਦੇ ਹੋ। ਮਤਲਬ ਜੇ ਤੁਸੀਂ ਐਜ਼ ਪਰ ਯੂਜ਼ਰ ਮੈਨੂਅਲ ਚੱਲੋ, ਇੱਕ ਟਰੈਕਟਰ ਦੀ ਲਾਈਫ 50 ਸਾਲ ਦੀ ਟਰੈਕਟਰ ਦੀ ਲਾਈਫ ਆ, ਕਦੇ ਕੁਛ ਹੁੰਦਾ ਨਹੀਂ। ਜਿਹੜਾ ਆਪਾਂ ਧੱਕਾ, ਹੁਣ ਆਪਣੇ ਕੀ ਆ ਅਨਪ੍ਰੋਫੈਸ਼ਨਲ ਕੰਮ, ਦੱਸਿਆ ਹੋਇਆ ਕੁਛ ਹੋਰ ਆਪਾਂ ਕੁਛ ਹੋਰ ਰਹੇ ਹਾਂ। ਇਹਨਾਂ ਨੇ ਇਹਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਮੇਨਟੇਨ ਕੀਤਾ ਹੋਇਆ ਐਜ਼ ਪਰ ਯੂਜ਼ਰ ਮੈਨੂਅਲ, ਇਹ ਟਰੈਕਟਰ ਕਦੇ ਜਾਂਦਾ ਹੀ ਨਹੀਂ। ਇੱਕ ਯੂਨੀਕ ਨਾਇਆਬ ਚੀਜ਼। ਦੂਜੀ ਸਭ ਤੋਂ ਇਹਦੀ ਮਤਲਬ ਵੱਡੀ ਖਾਸ ਗੱਲ ਮੈਨੂੰ ਜਿਹੜੀ ਲੱਗੀ ਆ, ਤੁਸੀਂ ਪੇਂਟ ਦੀ ਕੁਆਲਿਟੀ ਦੇਖੋ। ਅੱਜ ਵੀ ਹਾਲੈਂਡ ਆਉਂਦਾ, 24 ਸਾਲ 'ਚ ਅੱਜ ਵਾਲੇ ਹਾਲੈਂਡ ਦਾ ਰੰਗ ਇੱਦਾਂ ਦਾ ਨਹੀਂ ਰਹਿੰਦਾ, ਜਿਹਨੇ ਜਿੰਨਾ ਮਰਜ਼ੀ ਜ਼ੋਰ ਲਾ ਕੇ ਦੇਖਣਾ, ਕਿਤੋਂ ਵੀ ਕੋਈ ਖਲਿੱਪੜੀ ਨਹੀਂ ਉੱਠੀ ਵੀ। ਇੰਜਣ 'ਤੇ ਰੰਗ ਦੇਖੋ, ਆਹ ਡੱਬੀਆਂ, ਕਿਉਂਕਿ ਹੈ ਇਹ ਵੀ ਅਸੈਂਬਲ ਹੋਇਆ, ਕਿਟੇ ਆਈ ਸੀ ਇਹਦੀ ਵੀ, ਉਸ ਟਾਈਮ 'ਚ ਦੇਖੋ ਬਲੈਂਸਰ ਸ਼ਾਫਟ ਸੀ। ਆਹ ਜਿਹੜੀ ਤੁਸੀਂ ਟਿੱਕੀ ਦੀ ਕਹਿੰਦੇ ਹੁੰਦੇ ਨਾ, ਬਹੁਤ ਵੱਡੀ ਗੱਲ ਹੈ, ਇਹ ਕਲੱਚ ਦੀ ਐਡਜਸਟਮੈਂਟ ਲਈ ਦਿੱਤੀ ਹੋਈ ਆ। ਬੰਦਾ ਕਦੇ ਵੀ ਕੋਈ ਦਿੱਕਤ ਆ ਜਾਵੇ, ਖੋਲ੍ਹ ਕੇ ਫਿੰਗਰਾਂ ਕਰ ਲਵੇ, ਕੁਛ ਵੀ ਕਰ ਲਵੇ, ਹੁਣ ਇਹ ਕੰਪਨੀਆਂ ਨੇ ਬੰਦ ਤਾਂ ਕੀਤੀ ਆ ਤਾਂ ਕਿ ਮੇਨਟੇਨੈਂਸ ਬਣੇ ਟਰੈਕਟਰ ਦੀ, ਰਿਪੇਅਰ ਹੋਵੇ, ਕਲੱਚ ਵਾਲੀ ਐਡਜਸਟ ਨਾ ਹੋਵੇ, ਆਹ ਰਬੜਾਂ ਤੱਕ ਨਹੀਂ ਨਿਕਲੀਆਂ। ਅੱਛਾ, ਕਿਤੋਂ ਵੀ ਤੁਸੀਂ ਮੈਨੂੰ ਲੀਕੇ ਦਿਖਾ ਦਿਓ, ਸੁੱਕਾ ਖਰੋਟ ਵਰਗਾ ਪਿਆ, ਕਿਤੇ ਐਂ ਉਂਗਲ ਵੀ ਨਹੀਂ ਲਿਬੜਦੀ, ਕਾਲੀ ਵੀ ਨਹੀਂ ਹੁੰਦੀ। ਦੇਖੋ ਜਿਹੜੀ ਕੁਆਲਿਟੀ ਆ ਉਹਨੇ ਕੁਆਲਿਟੀ ਹੀ ਰਹਿਣਾ। ਜਿਹੜੀਆਂ ਇਹ ਚੀਜ਼ਾਂ ਬਣਦੀਆਂ ਨੇ, ਇਹ ਕੰਪਨੀਆਂ ਦੀਆਂ ਸੈਂਕੜੇ ਸਾਲਾਂ ਦੀਆਂ ਮਿਹਨਤਾਂ ਨੇ। ਐਂ ਨਹੀਂ ਹੁੰਦਾ ਵੀ ਅੱਜ ਕੋਈ ਟਰੈਕਟਰ ਬਣਾਉਣ ਲੱਗ ਗਿਆ ਟਰੈਕਟਰ ਬਣ ਗਿਆ, ਨਹੀਂ ਬਣਦਾ। ਰੋਡ ਸਪੀਡ ਇਹਦੀ ਨੋਰਮਲ ਆ, 32 ਕਿਲੋਮੀਟਰ ਦੀ ਰੋਡ ਸਪੀਡ ਆ, ਪਲੱਸ ਇਹਦੇ ਕਦੇ ਕੋਈ ਐਕਸਟਰਨਲ ਹੱਬ ਅਡਕਸ਼ਨ 'ਚ ਕੋਈ ਦਿੱਕਤ ਨਹੀਂ ਆਈ, ਕਦੇ ਵੀ ਕੋਈ ਨੋਰਮਲ ਤਰੀਕੇ ਨਾਲ ਚੱਲਦਾ, ਕੋਈ ਕਦੇ ਗਾਰਾ ਪੈਣ ਦੀ, ਕੋਈ ਹੋਰ ਪੈਣ ਦੀ ਕਦੇ ਕੋਈ ਸਮੱਸਿਆ ਨਹੀਂ। ਇੱਕ ਮੈਂ ਹੋਰ ਗੱਲ ਐਡ ਆਨ ਕਰਨੀ ਚਾਹੁੰਦਾ, ਅੱਜ ਨਵਾਂ ਕੀ ਰਿਵਾਜ਼ ਚੱਲਿਆ ਹੋਇਆ,
ਇੱਥੋਂ ਸਾਲੀ ਵਾਇਰਿੰਗ ਪੱਟੀ ਆ ਉੱਥੇ ਲਾਈਟ ਲਾਤੀ, ਇੱਥੋਂ ਵਾਇਰਿੰਗ ਪੱਟੀ ਉਰੇ ਲਾਤੀ, ਕਿਸੇ ਨੇ ਇੱਥੇ ਲਾਤੀ, ਕਿਸੇ ਨੇ ਫੈਂਡਰ ਤੇ ਲਾਤੀ। ਇਹ ਮੈਂ ਬੇਨਤੀ ਕਰਦਾ ਜਿਹੜੀ ਵਾਇਰਿੰਗ ਆ ਟਰੈਕਟਰ ਦੀ, ਉਹਦੇ ਨਾਲੇ ਤੁਹਾਡਾ ਟਰੈਕਟਰ ਆ, ਉਹਦੇ ਨਾਲ ਇਹਦੀ ਸ਼ਾਨ ਆ, ਉਹਦੇ ਨਾਲ ਇਹਦੀ ਲਾਈਫ ਆ, ਤੁਹਾਨੂੰ ਕਦੇ ਟਰੈਕਟਰ ਧੋਖਾ ਨਹੀਂ ਦਊਗਾ। ਇਹ ਚੀਜ਼ਾਂ ਤੋਂ ਬਚੋ, ਆਪਣੀ ਮਸ਼ੀਨਰੀ ਨੂੰ ਹਮੇਸ਼ਾ ਸੋਬਰ ਰੱਖੋ। ਦੇਖੋ ਕਿੰਨਾ ਜੱਚਦਾ ਇਹ, ਕਿਤੇ ਹੁਣ ਰਾਤ ਨੂੰ ਦਿਖਦਾ ਨਹੀਂ ਇਹਦੇ ਨਾਲ। ਹਾਂ, ਤੁਹਾਨੂੰ ਲਾਈਟ ਘੱਟ ਲੱਗਦੀ ਆ, ਤੁਸੀਂ ਲਾਈਟਾਂ ਦੇ ਬੱਲਬ ਐਡਜਸਟ ਕਰ ਲਓ, ਪਰ ਐਕਸਟਰਾ ਵਾਧੂ LEDs ਲਾ ਕੇ ਤੁਹਾਨੂੰ ਯਾਰ ਕੀ ਮਿਲ ਜੂਗਾ? ਇੱਕ ਮਿੰਟ, ਮੈਂ ਨਹੀਂ ਲੈ ਕਦੇ ਅੱਜ ਤੱਕ ਲਾਈ। ਇਹ ਟਰੈਕਟਰ ਸੋਬਰ ਹੈ, ਕੋਈ ਇਹ 'ਤੇ ਫਾਲਤੂ ਚੀਜ਼ ਨਹੀਂ ਲਿਖੀ ਵੀ ਇਹਨਾਂ ਨੇ ਆਪਦਾ ਮਾਨ ਗੋਤ ਜ਼ਰੂਰ ਲਿਖਿਆ ਵਾ, ਉਹ ਵੀ ਸਾਈਡ 'ਤੇ, ਬਾਕੀ ਆਲ ਓਰਿਜਿਨਲ ਆ। ਇਸ ਕਰਕੇ ਟਰੈਕਟਰ ਸੋਹਣਾ ਲੱਗਦਾ, ਜਿੰਨਾ ਤੁਸੀਂ ਟਰੈਕਟਰ ਨੂੰ ਸੋਬਰ ਰੱਖੋਗੇ ਉਨਾ ਤੁਹਾਡਾ ਟਰੈਕਟਰ ਜਚੂਗਾ, ਸੋਹਣਾ ਲੱਗੂਗਾ, ਉਹਦੀ ਉਮਰ ਵਧੂਗੀ। ਉਈ ਯਾਰ ਆਉਂਦੇ ਤੇ ਇੱਥੇ ਟੇਪਾਂ, ਇੱਥੇ ਟੇਪ ਜੀ, ਇੱਥੇ ਲਾਟੂ ਜਾ, ਕਿਤੇ ਐਂ ਭੂਤ ਜਾ ਜਾਗਦਾ, ਕੋਈ ਕਿਤੇ ਕੋਈ ਐਗਜ਼ੌਸਟ ਖੋਲ ਦਿੰਦਾ, ਕੋਈ ਗੱਲਾਂ ਥੋੜੋ ਨੇ ਯਾਰ। ਸੋ ਟਰੈਕਟਰ ਨੂੰ ਯਾਰ ਵਧੀਆ ਤਰੀਕੇ ਮੇਨਟੇਨ ਕਰਕੇ ਰੱਖੋ। ਆਹੀ ਆਪਾਂ ਤਾਂ ਮੇਰਾ ਖਿਆਲ ਆ ਵੀ ਅਸੀਂ ਸਾਰੀਆਂ ਚੀਜ਼ਾਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ। ਮੈਂ ਉਹੀ ਚੀਜ਼ਾਂ ਕਵਰ ਕਰਨੀਆਂ ਚਾਹੀਆਂ ਨੇ ਜਿਹੜੀਆਂ ਬਹੁਤ ਮਤਲਬ ਕਿ ਇੰਪੋਰਟੈਂਟ ਚੀਜ਼ਾਂ ਨੇ। ਜਾਂਦੇ ਜਾਂਦੇ ਇਹਦੀ ਫਿਊਲ ਦੀ ਕੰਜ਼ਮਪਸ਼ਨ ਦੇਖੋ, ਜਿਹੜੇ ਮੇਡ ਇਨ ਨੀਦਰਲੈਂਡ ਟਰੈਕਟਰ ਨੇ ਇਹਨਾਂ ਦੀ ਕੰਪਰੈਸ਼ਨ ਰੇਸ਼ੋ ਡਿਫਰੈਂਟ ਆ, ਦੂਜਾ ਆਪਣੇ ਜਿਹੜੇ ਉਰੇ ਬਣਨ ਲੱਗੇ ਨੇ ਇਹਨਾਂ ਦਾ ਡਿਜ਼ਾਈਨ ਡਿਫਰੈਂਟ ਆ, ਇਹਨਾਂ ਦੀ ਤੁਹਾਨੂੰ ਆਵਾਜ਼ ਵੱਖਰੀ ਮਿਲੂਗੀ, ਅਤੇ ਇਹਨਾਂ ਦੀ ਜਿਹੜੀ ਫਿਊਲ ਦੀ ਕੰਜ਼ਮਪਸ਼ਨ ਆ, ਤੁਸੀਂ ਦੂਜੇ ਹੋਲੈਂਡ ਨਾਲ ਜਿਹੜਾ ਇੰਡੀਆ 'ਚ ਆ ਕੇ ਬਣਨ ਲੱਗ ਗਿਆ ਸੀ ਉਹਦੇ ਨਾਲ ਕੰਪੇਅਰ ਕਰ ਲਿਓ, ਇਹਦੀ ਫਿਊਲ ਦੀ ਕੰਜ਼ਮਪਸ਼ਨ ਉਹਦੇ ਨਾਲ ਬਹੁਤ ਜ਼ਿਆਦਾ ਘੱਟ ਹੈ। ਇਹਨਾਂ 'ਚ ਇੱਕ ਹੋਰ ਮੈਂ ਹੋਲੈਂਡਾਂ 'ਚ ਗੁਣ ਦੇਖਿਆ, ਜਿਹੜੇ ਇੰਪੋਰਟਡ ਟਰੈਕਟਰ ਨੇ, ਮੈਂ ਵੀ ਚਲਾਇਆ 36 ਦੀ, ਇਹ ਐਜ਼ ਪਰ ਲੋਡ ਇਹਨਾਂ ਨੇ ਫਿਊਲ ਦੀ ਕੰਜ਼ਮਪਸ਼ਨ ਕਰਨੀ ਆ। ਜਿਵੇਂ 70 ਪਾਵਰ ਦਾ ਟਰੈਕਟਰ ਅੱਜ ਰੋਡ 'ਤੇ ਬਹੁਤ ਤੇਲ ਖਾਂਦਾ, ਇਹ ਰੋਡ 'ਤੇ ਬਹੁਤ ਜ਼ਿਆਦਾ ਘਟਾ ਜਾਂਦਾ। ਜਿਉਂ ਜਿਉਂ ਲੋਡ ਪਊ, ਤੁਸੀਂ ਇਹ ਤੋਂ ਪਾਵਰ ਦੀ ਡਿਲੀਵਰੀ ਲਓਗੇ, ਉਸ ਹਿਸਾਬ ਨਾਲ ਇਹਨੇ ਫਿਊਲ ਦੀ ਕੰਜ਼ਮਪਸ਼ਨ ਕਰਨੀ ਆ। ਬਾਕੀ ਅੱਗੇ ਆ ਗਈ ਗੱਲ ਚਲਾਵੇ ਦੀ, ਜਿਹੜਾ ਇਹਦਾ ਵੇਟ ਦਾ ਬੈਲੈਂਸ ਆ 18 ਦੇ ਟਾਇਰਾਂ ਕਰਕੇ, ਇੰਨਾ ਕੁ ਬੈਲੈਂਸਡ ਟਰੈਕਟਰ ਆ, ਮਤਲਬ ਕਿ ਮੂਹਰੋਂ ਦੇਖੋ ਤੁਸੀਂ ਧਿਆਨ ਨਾਲ, ਮੂਹਰੋਂ ਨੀਮ ਹੈ ਇਹ, ਇੰਨਾ ਇਹਦੀ ਜਿਹੜੀ ਚਲਾਈ ਆ ਉਹ ਇੰਨੀ ਸਮੂਥ ਆ, ਤੁਸੀਂ ਉੱਪਰ ਬਹਿ ਜਾਓ ਤੁਹਾਨੂੰ ਹਲੋਲਾ ਲੱਗਣਾ ਹੀ ਨਹੀਂ, ਬਸ ਇਹਦੀ ਸਿਰ। ਅੱਛਾ, ਅਗਲੀ ਗੱਲ ਆ ਇਹਦੀ, ਕਦੇ ਵੀ ਤੁਹਾਨੂੰ ਤੁਰੇ ਜਾਂਦੇ ਦੀ ਹੱਬ ਡਕਸ਼ਨ ਦੀ ਘੀ ਘੀ ਦੀ ਆਵਾਜ਼ ਨਹੀਂ ਆਊਗੀ, ਸਿਰਫ ਤੁਹਾਨੂੰ ਸਲੰਸਰ ਦੀ ਆਵਾਜ਼ ਸੁਣਨੀ ਹੈ, ਇੱਕ ਡਿਫਰੈਂਟ ਜੀ ਬਾਈ ਇੱਥੇ ਦੀ ਲੰਘਦਾ ਹੁੰਦਾ, ਪਤਾ ਲੱਗਦਾ ਹੁੰਦਾ ਬਾਈ 56-30 ਜਾਂਦਾ। ਇਹ ਮਤਲਬ ਇਹਦਾ ਜਿਹੜਾ ਚਲਾਵਾ ਹੈ ਉਹ ਬੰਦੇ ਨੂੰ ਚਲਾ ਕੇ ਹੀ ਪਤਾ ਲੱਗ ਸਕਦਾ। ਅੱਜ ਵੀ ਇਹਦੀ ਇੰਨੀ ਫੈਨ ਫੋਲੋਇੰਗ ਆ, ਮੁਕਤਸਰ ਸਾਈਡ ਬਹੁਤ ਡਿਮਾਂਡ ਆ, ਮੁਕਤਸਰ 'ਚ ਕੁਛ ਤਾਂ, ਮੁਕਤਸਰ 'ਚ ਥੋੜ੍ਹੀ ਜਿਹੀ ਲੈਂਡ ਹੋਲਡਿੰਗ ਸਾਡੇ ਨੂੰ ਬਹੁਤ ਜ਼ਿਆਦਾ, ਉੱਥੇ ਇਹਦੇ ਇੰਨੇ ਫੈਨ ਨੇ। ਹਲੇ ਵੀ ਇਹ ਲੋਕਾਂ ਦੇ ਘਰਾਂ ਦਾ ਸ਼ਿੰਗਾਰ ਆ, ਜਿਨ੍ਹਾਂ ਨੇ ਟਰੈਕਟਰ ਰੱਖੇ ਹੋਏ ਆ ਉਹ ਕੋਈ ਟਰੈਕਟਰ ਇਹਨੂੰ ਵੇਚਦਾ ਨਹੀਂ ਹਲੇ ਵੀ। ਸੋ ਮੇਰਾ ਖਿਆਲ ਹੈ ਸਾਰਾ ਕੁਛ ਕਲੀਅਰ ਹੈ, ਬਾਕੀ ਤਾਂ ਤੁਹਾਨੂੰ ਮੇਨ ਚੀਜ਼ਾਂ ਦਾ ਪਤਾ ਹੀ ਆ। ਜੇ ਕੁਛ ਰਹਿ ਗਿਆ ਕੋਈ ਗੱਲ ਨਹੀਂ, ਇਹਦਾ ਭਾਗ ਆਪਾਂ ਦੂਜਾ ਕਰ ਲਾਂਗੇ। ਮੇਰੀ ਜਾਂਦੇ ਜਾਂਦੇ ਤੁਹਾਨੂੰ ਇੱਕੇ ਬੇਨਤੀ ਆ, ਜੇ ਤੁਹਾਡੇ ਕੋਲ ਇਹ ਟਰੈਕਟਰ ਦਾ ਜਾਂ ਕਿਸੇ ਵੀ ਟਰੈਕਟਰ ਦਾ ਯੂਜ਼ਰ ਮੈਨੂਅਲ ਪਿਆ ਉਹਨੂੰ ਇੱਕ ਵਾਰ ਜ਼ਰੂਰ ਪੜ੍ਹੋ, ਤੁਹਾਨੂੰ ਇੱਕ ਵੱਖਰਾ ਚਾਨਣਾ ਪਊਗਾ ਕਿ ਹੁੰਦਾ ਕੀ ਆ ਟਰੈਕਟਰ 'ਚ, ਅਤੇ ਯੂਜ਼ਰ ਮੈਨੂਅਲ ਦੇ ਅਕੋਰਡਿੰਗ ਆਪਣੇ ਟਰੈਕਟਰ ਨੂੰ ਚਲਾਓ, ਫਿਰ ਸਵਾਦ ਦੇਖਿਓ ਜ਼ਿੰਦਗੀ ਦਾ। ਹੁਣ ਮੈਂ ਹੋਰ ਇੱਕ ਐਡ ਆਨ ਕਰਦਾ ਗੱਲ, ਜੇ ਟਰੈਕਟਰ ਨੂੰ ਕਿਤੇ ਬਾਈ ਟਰਬੋ ਕਰਾ ਲੈਂਦਾ ਜਾਂ ਇਹਦੀ ਕੋਈ ਛੇੜਖਾਨੀ ਕਰਾ ਲੈਂਦਾ, ਕੀ ਅੱਜ ਇੱਦਾਂ ਦਾ ਟਰੈਕਟਰ ਤੁਹਾਨੂੰ ਮਿਲ ਜਾਂਦਾ? ਇੰਨੇ ਕਿੰਨੇ ਕੁ ਕੰਮ ਨੇ ਯਾਰ, ਇੰਨੇ ਕਿੰਨੇ ਕਿੰਨੇ ਕੁ, ਕਿਤੇ ਹਜ਼ਾਰ ਹਜ਼ਾਰ ਏਕੜ ਵਾਹੁੰਦੇ ਆ, 2 ਦਿਨ 'ਚ ਜ਼ਮੀਨ ਵਾਹੀ ਜਾਂਦੀ ਹੈ। ਇਹ ਓਰਿਜਿਨਲ ਰੱਖਿਆ, ਕੋਈ ਪੰਪ ਨਹੀਂ ਛੜਾਇਆ, ਕੋਈ ਟਾਈਮ ਨਹੀਂ ਛੜਾਇਆ, ਕੋਈ ਕੇਮ ਨਹੀਂ ਛੜਾਈ, ਇਸ ਕਰਕੇ ਇਹਦੀ ਇਹ ਬਿਊਟੀ ਆ। ਜਿੰਨੇ ਮੈਂ ਬਲੈਕ 'ਚ ਟਰੈਕਟਰ ਦੇਖੇ ਨੇ ਆਪਣੇ 36 ਫੁੱਟ, 30-30, 40-40 ਸਾਲ, 50-50 ਸਾਲ ਦੇ ਉੱਤੇ ਹੀ ਪਏ ਨੇ। ਸੋ ਆਪਾਂ
ਪ੍ਰੋਫੈਸ਼ਨਲ ਤਰੀਕੇ ਨਾਲ ਚੀਜ਼ ਨੂੰ ਚਲਾਈਏ। ਜਿਹੜੀ ਵੀ ਕੋਈ ਚੀਜ਼ ਕੰਪਨੀ ਨੇ ਲਾਤੀ ਉਹਨੂੰ ਲਾ ਕੇ ਨਾ ਸੁੱਟਿਆ ਕਰੋ। ਦੇਖੋ ਇਹਦਾ ਐਵਰੀਥਿੰਗ ਐਲਸ ਵਰਕ ਕਰ ਰਿਹਾ, ਸਾਰਾ ਕੁਝ ਇਨਕਲੂਡ ਹੈ। ਪਿੱਛੇ ਬਾਈ ਨੇ ਜਿਹੜੀ ਹੁੱਕ ਵੀ ਆ ਵੀਰੇ ਦਿਖਾਈ ਹੋਈ, ਆ ਹੁੱਕ ਤੱਕ ਵੀ ਰੱਖੀ ਵੀ ਆ, ਹੁੱਕ ਵੀ ਨਹੀਂ ਲਾਈ ਬੰਦੇ, ਕਿਉਂਕਿ ਇਹਦਾ ਕੋਈ ਮਤਲਬ ਹੈ। ਠੀਕ ਆ, ਇੱਥੇ ਆਪਣੇ ਬਦਕਿਸਮਤੀ ਆ ਕੇ ਟਰਾਲੀਆਂ 'ਚ ਕਦੇ ਕਿਸੇ ਨੇ ਕੋਈ ਸੁਧਾਰ ਹੀ ਨਹੀਂ ਕੀਤਾ, ਅਤੇ ਤਾਂ ਕਰਕੇ ਆਪਾਂ ਇਹ 'ਚ ਪਾਉਂਦੇ ਹਾਂ, ਬਾਹਰ ਤਾਂ ਟਰਾਲੀ ਇਹ 'ਚ ਪਾਉਂਦੇ ਹਾਂ। ਇੱਥੇ ਇਹ ਵੈਸੇ ਹੈਰੋਂ ਲਈ ਵੀ ਸਪੈਸ਼ਲ ਬਣੀ ਹੋਈ ਹੈ, ਇੱਥੇ ਜ਼ਿਆਦਾ ਪਾਵਰ ਲਾਉਂਦਾ ਟਰੈਕਟਰ। ਸੋ ਇਹ ਚੀਜ਼ਾਂ ਨੇ ਸੋਹਣਿਓ, ਮੇਰਾ ਖਿਆਲ ਹੈ ਵੀ ਵੀਡੀਓ ਪਸੰਦ ਆਈ ਹੋਊਗੀ। ਜੇ ਚੰਗੀ ਲੱਗੀ ਜ਼ਰੂਰ ਸ਼ੇਅਰ ਕਰਿਓ, ਇਹਨੂੰ ਸਾਰਿਆਂ ਤੱਕ ਪਹੁੰਚਾਇਓ। ਮੇਰਾ ਖਿਆਲ ਹੈ ਬਹੁਤ ਹੈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਧੰਨਵਾਦ।